ਹੈਲੋ ਸਟੂਡੈਂਟਸ ਅੱਜ ਆਪਾਂ 9ਵੀਂ ਜਮਾਤ ਦਾ ਪੰਜਵਾਂ ਪਾਠ ਵੈਮੀ ਤਾਇਆ ਕਰਨ ਜਾ ਰਹੇ ਹਾਂ ਆਪਾਂ ਕਰਾਂਗੇ ਵੈਮੀ ਤਾਇਏ ਲੇਖ ਦਾ ਸਾਰ ਤਾਇਏ ਮਨਸਾ RAM ਨੂੰ ਸਾਰੇ ਵੈ ਵੈਮੀ ਤਾਇਆ ਆਖਦੇ ਹਨ ਕਿਉਂਕਿ ਉਸ ਨੂੰ ਵਹਿਮ ਚਿੰਬੜਦੇ ਹੀ ਬਹੁਤ ਹਨ ਜਦੋਂ ਉਹ ਲੇਖਕ ਨੂੰ ਪਹਿਲੀ ਵਾਰ ਮਿਲਿਆ ਤਾਂ ਉਸ ਨੂੰ ਵਹਿਮ ਸੀ ਕਿ ਉਸ ਨੂੰ ਮਾੜੀ-ਮਾੜੀ ਪਾਖ ਰੰਦੀ ਹੈ ਮਾੜੀ ਮਾੜੀ ਪਾਖ ਰਹੀਦੀ ਹੈ ਮਤਲਬ ਉਹਨੂੰ ਬੁਖਾਰ ਜਿਹਾ ਫੀਲ ਹੁੰਦਾ ਉਸਨੇ ਮੂੰਹ ਵਿੱਚ ਥਰਮਾਮੀਟਰ ਪਾ ਕੇ ਨਬਜ ਉਤੇ ਉਂਗਲਾਂ ਰੱਖੀਆਂ ਹੋਈਆਂ ਸਨ ਲੇਖਕ ਨੇ ਉਸ ਦੀ ਨਬਜ ਦੇਖ ਕੇ ਕਿਹਾ ਉਸਨੂੰ ਬੁਖਾਰ ਨਹੀਂ ਪਰ ਉਹ ਨਾ ਮੰਨਿਆ ਕੁਝ ਸਮੇਂ ਮਗਰੋਂ ਇਹ ਵਹਿਮ ਲੱਥਾ ਤਾਂ ਤਾਇਏ ਨੂੰ ਇਹ ਵਹਿਮ ਆ ਚਿੰਬੜਿਆ ਕਿ ਬਿਮਾਰੀ ਦੇ ਕਿਟਾਣੂ ਹਰ ਬੰਦੇ ਨਾਲ ਜੁੜੇ ਹੁੰਦੇ ਹਨ ਇਸ ਕਰਕੇ ਹੁਣ ਜੇਕਰ ਤਾਇਆ ਚਿਚਕਦਿਆਂ ਕਿਸੇ ਨਾਲ ਹੱਥ ਮਿਲਾ ਲੈਂਦਾ ਤਾਂ ਮਗਰੋਂ ਹੱਥ ਨੂੰ ਅੱਧਾ-ਅੱਧਾ ਘੰਟਾ ਸਾਬਣ ਨਾਲ ਧੋਂਦਾ ਘਰ ਵਿੱਚ ਕਿਸੇ ਦੇ ਆ ਜਾਣ ਤੋਂ ਮਗਰੋਂ ਉਹ ਚਾਦਰਾਂ ਤੇ ਕੁਰਸੀਆਂ ਨੂੰ ਗਰਮ ਪਾਣੀ ਨਾਲ ਧੋਂਦਾ ਤੇ ਉੱਪਰ ਕੀਰਮ ਨਾਸ਼ਕ ਪਾਊਡਰ ਛਿੜਕਦਾ ਕੀਰਮ ਮਤਲਬ ਕਿਟਾਣੂਆਂ ਨੂੰ ਮਾਰਨ ਵਾਲਾ ਇਸੇ ਤਰ੍ਹਾਂ ਇੱਕ ਵਾਰ ਜਦੋਂ ਤਾਏ ਦੇ ਘਰ ਆਏ ਕਿਸੇ ਮੁਲਾਕਾਤੀ ਨੇ ਉੱਥੇ ਖੇਡਦੇ ਗੁਆਂਢੀਆਂ ਦੇ ਇੱਕ ਬੱਚੇ ਦਾ ਮੂੰਹ ਚੁੰਮ ਲਿਆ ਤਾਂ ਉਸਨੇ ਸਾਬਣ ਨਾਲ ਉਸਦਾ ਮੂੰਹ ਰਗੜ-ਰਗੜ ਕੇ ਗੱਲਾਂ ਤੇ ਕੰਨਾਂ ਵਿੱਚੋਂ ਖੂਨ ਕੱਢ ਦਿੱਤਾ ਫਿਰ ਇੱਕ ਵਾਰ ਜਦੋਂ ਤਾਏ ਦਾ ਪੈਰ ਕਿਸ਼ਨੇ ਹਲਵਾਈ ਦੇ ਕੁੱਤੇ ਦੀ ਪੂੰਛ ਉੱਤੇ ਆ ਗਿਆ ਤੇ ਕੁੱਤਾ ਉਸਨੂੰ ਭੌਂਕਣ ਲੱਗਾ ਤਾਂ ਕੁੱਤੇ ਦੁਆਰਾ ਵੱਡਿਆ ਨਾ ਜਾਣਦੇ ਵੀ ਉਸਨੇ 14 ਟੀਕੇ ਇਸ ਵਹਿਮ ਹੇਠ ਲਵਾਏ ਕਿ ਕੁੱਤੇ ਦੀ ਤਹਾਵਾੜ ਵੀ ਮਾੜੀ ਹੁੰਦੀ ਹੈ। ਇਸੇ ਤਰ੍ਹਾਂ ਇੱਕ ਵਾਰ ਘੋੜੇ ਦੇ ਉੱਤੇ ਡਿੱਗਣ ਕਰਕੇ ਵਹਿਮ ਕਾਰਨ ਉਸਨੇ ਟੈਟਨਸ ਦਾ ਟੀਕਾ ਲਵਾਇਆ ਜਦੋਂ ਕੋਈ ਹਾਦਸਾ ਹੋ ਜਾਂਦਾ ਸੀ ਤਾਂ ਤਾਇਆ ਵਹਿਮ ਕਰਦਾ ਸੀ ਕਿ ਉਸ ਦੇ ਨਿਕਟ ਵਰਤਿਆਂ ਵਿੱਚੋਂ ਕੋਈ ਮਰਿਆ ਜਾਂ ਫੱਟੜ ਹੋਇਆ ਹੈ ਤਾਇਆ ਬੇਸ਼ੱਕ ਸੇਤਮੰਦ ਸੀ ਪਰ ਉਹ ਆਪਣੀ ਸੇਤ ਦੀ ਖਰਾਬੀ ਅਤੇ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਕਿਤੇ ਟੂਣਿਆਂ ਦੀ ਗੱਲਾਂ ਕਰਦਾ ਰਹਿੰਦਾ ਸੀ ਇੱਕ ਵਾਰ ਤਾਇਆ ਨੂੰ ਕਿਸੇ ਬੰਦੇ ਦੇ ਦਿਲ ਦੀ ਹਰਕਤ ਬੰਦ ਹੋਣ ਨਾਲ ਮਰਨ ਬਾਰੇ ਸੁਣਨ ਮਗਰੋਂ ਇਹ ਵામ ਲੱਗ ਗਿਆ ਕਿ ਉਸ ਦਾ ਦਿਲ ਵੀ ਧੜਕਦਾ ਨਹੀਂ ਜਦੋਂ ਇਹ ਦਿਲ ਦੀ ਹਰਕਤ ਜਾਂਚਣ ਲਈ ਸੱਜੀ ਵਖੀ ਨੂੰ ਘੁੱਟ ਰਿਹਾ ਸੀ ਇਸੇ ਤਰ੍ਹਾਂ ਤਾਇਆ ਇੱਕ ਮਦਾਰੀ ਦੇ ਆਖਣ ਤੇ ਇਹ ਮੰਨਣ ਲੱਗ ਪਿਆ ਕਿ ਉਸ ਦਾ ਸਿਰ ਨਹੀਂ ਇਹ ਸੁਣ ਕੇ ਲੇਖਕ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਪੈਰ ਕਾਦੇ ਉੱਤੇ ਬੰਨੀ ਹੋਈ ਉਹਦੀ ਪੱਗ ਕਾਦੇ ਉੱਤੇ ਬੰਨੀ ਹੋਈ ਹੈ ਇੱਕ ਵਾਰੀ ਤਾਇਆ ਲੇਖਕ ਕੋਲ ਪੁੱਜਾ ਤਾਂ ਉਸ ਨੂੰ ਉਹ ਕਿਧਰੇ ਲੈ ਜਾਵੇ ਕਿਉਂਕਿ ਸ਼ਿੰਗਾਰੂ ਉਹਨਾਂ ਨੇ ਬੱਕਰੀ ਦੇ ਸਿੰਘਾਂ ਉੱਤੇ ਛੁਰੀਆਂ ਬਨ ਕੇ ਉਸ ਦੇ ਮਗਰ ਲਾਇਆ ਹੋਇਆ ਹੈ ਜਿਸ ਕਰਕੇ ਉਸ ਦੀ ਜਾਨ ਨੂੰ ਖਤਰਾ ਹੈ ਲੇਖਕ ਨੇ ਉਸ ਨੂੰ ਬਥੇਰਾ ਸਮਝਾਇਆ ਪਰ ਉਸ ਨੂੰ ਸਮਝ ਨਹੀਂ ਆਈ ਸੱਚ ਹੈ ਕਿ ਵਹਿਮ ਦਾ ਕੋਈ ਇਲਾਜ ਨਹੀਂ ਸੋ ਬੱਚੋ ਇਸ ਲੇਖ ਦੇ ਵਿੱਚ ਇਹੀ ਦੱਸਿਆ ਗਿਆ ਕਿ ਇੱਕ ਤਾਇਆ ਹੁੰਦਾ ਜਿਹਦਾ ਨਾਮ ਉਹਨਾਂ ਨੇ ਵਹਿਮੀ ਤਾਇਆ ਰੱਖਿਆ ਹੁੰਦਾ ਕਿਉਂਕਿ ਉਹਨੂੰ ਬਹੁਤ ਸਾਰੇ ਵਹਿਮ ਚਿੰਬੜੇ ਹੁੰਦੇ ਹਨ ਤੇ ਲੇਖ ਕਲਾਸ ਦੇ ਵਿੱਚ ਇਹ ਕਹਿੰਦਾ ਕਿ ਵਹਿਮ ਹਰ ਇੱਕ ਬਿਮਾਰੀ ਦਾ ਇਲਾਜ ਦੁਨੀਆਂ ਦੇ ਵਿੱਚ ਸੰਭਵ ਹੈ ਪਰ ਜਿਹੜਾ ਵਹਿਮ ਹੈ ਉਹਦਾ ਕੋਈ ਇਲਾਜ ਸੰਭਵ ਨਹੀਂ ਹੈ ਥੈਂਕ ਯੂ ਬੇਟਾ